ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ। ਅੱਜ ਦੀ ਵੀਡੀਓ ਜੀ ਬਾਸਮਤੀ ਲਈ ਹੈ। ਝੰਡਾ ਰੋਗ ਨੂੰ ਰੋਕ ਸਕਦੇ ਹਾਂ ਆਪਾਂ 90% ਤੱਕ ਆਹ ਦਵਾਈ ਦੇ ਨਾਲ, ਠੀਕ ਹੈ ਜੀ। ਇਹ ਲੈਣੀ ਹੈ ਢੋਲੀ ਦੇ ਵਿੱਚ, ਤੁਸੀਂ ਕਨਾਲ 'ਤੇ ਛਿੜਕ ਸਕਦੇ ਹੋ। ਇੱਕ ਢੋਲੀ 15 ਲੀਟਰ ਪਾਣੀ ਦੇ ਵਿੱਚ 80 ਤੋਂ 100 ਗ੍ਰਾਮ ਹੈ ਜਿਹੜੀ ਲੈ ਸਕਦੇ ਹੋ। ਥਾਇਆ ਫਨੇਟ ਮਥਾਈਲ 70% WP, ਠੀਕ ਹੈ ਜੀ। ਇਹਦੇ 'ਚ ਸਾਲਟ ਹੈ ਅਤੇ ਸਿਸਟਮੈਟਿਕ ਫੰਗੀਸਾਈਡ ਹੈ। ਸਿਸਟਮੈਟਿਕ ਜਿਹੜੀ ਵੀ ਫੰਗੀਸਾਈਡ ਹੁੰਦੀ ਹੈ ਫੰਗਸ ਦੇ ਲਈ ਹੁੰਦੀ ਹੈ, ਜਿਵੇਂ ਤੁਹਾਡੇ ਕੋਲ ਬਲਾਈਟ ਰੋਗ ਆ ਗਏ, ਠੀਕ ਹੈ, ਜਾਂ ਝੰਡਾ ਰੋਗ ਆ ਗਿਆ, ਜਾਂ ਜੜ੍ਹ ਦਾ ਕੋਈ ਰੋਗ ਆ ਗਿਆ, ਹੈ ਨਾ, ਫੰਗਸ ਜਿੰਨੀ ਵੀ ਹੋਗੀ ਉਹਨੂੰ ਕੰਟਰੋਲ ਕਰਦੀ ਹੈ। ਸਿਸਟਮੈਟਿਕ ਦਾ ਮਤਲਬ ਕੀ ਹੈ ਵੀ ਇਹਨੇ ਹੌਲੀ ਹੌਲੀ 2-3 ਦਿਨਾਂ ਦੇ ਵਿੱਚ ਅਸਰ ਕਰਨਾ, ਪੱਤੇ ਤੋਂ ਜੜ੍ਹ ਤੱਕ ਜਾਣੀ ਆ ਹੌਲੀ ਹੌਲੀ, ਠੀਕ ਹੈ ਜੀ। ਤਾਂ ਤੁਸੀਂ ਇਹਨੂੰ ਮਿੱਟੀ 'ਚ ਰਲਾ ਕੇ ਜੇ ਪਾਉਣੀ ਆ ਤਾਂ 200 ਗ੍ਰਾਮ ਪਾ ਸਕਦੇ ਹੋ ਜੀ ਕਨਾਲ ਦੇ ਹਿਸਾਬ ਦੇ ਨਾਲ। ਜੇ ਸਪਰੇਅ ਕਰਨੀ ਹੈ ਤਾਂ 80 ਤੋਂ 100 ਗ੍ਰਾਮ ਤੁਸੀਂ ਢੋਲੀ ਦੀ ਪਾ ਕੇ ਸਪਰੇਅ ਕਰੋਗੇ। ਜੇ ਸਪਰੇਅ ਕਰਨੀ ਹੈ ਤਾਂ ਉਹਦਾ ਰਿਜ਼ਲਟ ਤੁਹਾਨੂੰ ਬਹੁਤ ਸ਼ਾਨਦਾਰ ਮਿਲੂਗਾ। ਆਹ ਪਨੀਰੀ ਹੈ ਜੀ ਮੇਰੇ ਕੋਲ 17-18 ਦੀ, ਇਹ 5 ਤਰੀਕ ਦੀ ਬੀਜੀ ਹੋਈ ਹੈ। ਲਗਭਗ 5 ਕੁ ਦਿਨਾਂ ਦੇ ਵਿੱਚ ਇਹ ਲਾਉਣ ਵਾਲੀ ਹੋ ਜੂਗੀ। ਅਤੇ ਇਹਦੇ 'ਤੇ ਸਪਰੇਅ ਕਰਤੀ, ਪਹਿਲਾਂ ਬੀਜ ਨੂੰ ਸੋਧਿਆ ਸੀਗਾ ਜੀ ਸਪਰਿੰਟ ਨਾਲ ਫੰਗੀਸਾਈਡ ਦੇ ਨਾਲ, ਉਸ ਤੋਂ ਬਾਅਦ ਹੋਰ ਹੁਣ ਇਹਦੇ 'ਤੇ ਫੰਗੀਸਾਈਡ ਕਰ ਰਹੇ ਹਾਂ। ਥੋੜ੍ਹਾ ਜਿਹਾ ਉਲਝ ਗਏ ਸੀ, ਲੇਟ ਹੋ ਗਏ ਸੀ। ਇੱਕ ਪਨੀਰੀ ਥੋੜ੍ਹੀ ਜਿਹੀ ਲੇਟ ਬੀਜੀ ਆ, ਯਾਨੀ 21 ਤਰੀਕ ਦੀ ਲਾਈ ਸੀ, 21 ਜੂਨ ਨੂੰ। ਇਹ ਵੀ 17-18 ਦੀਆਂ ਜੀ, 4 ਕਿੱਲਿਆਂ ਦੀ ਲਾਈ ਸੀ। ਇਹਦੇ 'ਤੇ ਇਹਦਾ ਬੀਜ ਵੀ ਸੋਧਿਆ ਸੀ, ਅਤੇ ਹੁਣ ਇੱਕ ਸਪਰੇਅ ਇਹਦੇ ਹੁਣ ਕਰ ਦੇਣੀ ਆ, ਇੱਕ 4 ਦਿਨਾਂ ਨੂੰ ਕਰ ਦੇਣੀ ਆ, ਠੀਕ ਹੈ ਜੀ। ਇਹਦੇ ਨਾਲ ਝੰਡਾ ਰੋਗ ਤੋਂ ਬਚਾਅ ਹੋ ਸਕਦਾ, ਜਿਹੜੇ ਕਿ ਗਰੰਟੀਆਂ ਦਿੰਦੇ ਨੇ। ਇਹ ਮੈਲਟੋਪ ਦੇ ਨਾਂ 'ਤੇ ਤੁਸੀਂ ਦੁਕਾਨਦਾਰ ਤੋਂ ਲੈ ਸਕਦੇ ਹੋ। 400, 450, 350, 350 ਇਹਦਾ ਰੇਟ ਆ, ਦੁਕਾਨਦਾਰ ਲੱਗੀ ਲਾ ਲੈਂਦੇ ਨੇ, ਠੀਕ ਹੈ। ਅਲੱਗ ਅਲੱਗ ਕੰਪਨੀਆਂ ਦਾ ਅਲੱਗ ਅਲੱਗ ਰੇਟ ਆ। ਬਾਕੀ ਕਾਰਗੁਜ਼ਾਰ ਬਹੁਤ ਆ ਇਹ ਸਪਰੇਆਂ, ਜਦੋਂ 2 ਵਾਰੀ ਕਰ ਲਓਗੇ ਤੁਸੀਂ, ਉਦੋਂ ਬਾਅਦ ਜਦੋਂ ਆਪਾਂ ਝੋਨਾ ਲਾ ਦਾਂਗੇ, ਪਹਿਲੀ ਰੇਹ ਦੇ ਵਿੱਚ 1 500 ਗ੍ਰਾਮ ਦਾ ਪੈਕਟ ਉਦੋਂ ਪਾ ਦੇਣਾ, ਠੀਕ ਹੈ। ਅਤੇ ਉਦੋਂ ਬਾਅਦ ਸਿਸਟਮੈਟਿਕ ਫੰਗੀਸਾਈਡ ਤਾਂ ਆਪਾਂ ਬਾਅਦ ਦੇ ਵਿੱਚ ਕਰਦੀ ਰਹਾਂਗੇ, ਤਾਂ ਝੰਡੇ ਰੋਗ ਦਾ ਬਹੁਤ ਬਚਾਅ ਹੋ ਜੂਗਾ। ਜੇ ਤੁਸੀਂ ਪਨੀਰੀ 'ਤੇ ਕਰ ਦੋਗੇ ਤਾਂ ਸੋਨੇ 'ਤੇ ਸਾਗੇ ਵਾਲਾ ਕੰਮ ਹੋ ਜਾਂਦਾ। ਬਾਕੀ ਕਿਹੜੀ ਵਰਾਇਟੀ ਲਾ ਰਹੇ ਹੋ ਬਾਸਮਤੀ ਦੀ, ਕਮੈਂਟ 'ਚ ਜ਼ਰੂਰ ਦੱਸਿਓ ਕਿਹੜਾ ਏਰੀਆ ਤੁਹਾਡਾ। ਬਾਸਮਤੀ ਐਤਕੀ ਰਕਬਾ ਬਹੁਤ ਜ਼ਿਆਦਾ ਲੱਗਿਆ ਅਤੇ ਲੱਗੂਗਾ, ਜਿੱਥੋਂ ਤੱਕ ਦੁਕਾਨਦਾਰਾਂ ਨੇ ਬੀ ਵੇਚਿਆ ਜਾਂ ਕਮੈਂਟ ਆਉਂਦੇ ਨੇ, ਜ਼ਿਆਦਾ ਲੱਗਿਆ। ਪਰ ਰੇਟ ਦਾ ਚੱਕਰ ਨਾ ਮੰਨਿਆ ਕਰੋ ਵੀਰ ਭਰਾ, ਜਿਹਦੇ ਕੋਲ 10 ਕਿੱਲੇ ਨੇ 2-2.5 ਕਿੱਲੇ ਲਾਉਣਾ ਜ਼ਰੂਰੀ ਆ ਉਹਨੂੰ, ਠੀਕ ਹੈ ਜੀ। ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਥੈਂਕ ਯੂ।